ਟੋਲ ਪਲਾਜ਼ਾ ਵਾਲਿਆਂ ਨੇ ਕੁੱਟਿਆ ਸਿੱਖ ਨੌਜਵਾਨ। ਟੋਲ ਕਰਮਚਾਰੀਆਂ ਨੇ ਉਤਾਰ ਦਿੱਤੀ ਨੌਜਵਾਨ ਦੀ ਪੱਗ। ਮੌਕੇ ਤੇ ਇਕੱਠੇ ਹੋਏ ਨਿਹੰਗ ਸਿੰਘਾਂ ਨੇ ਕਰਤਾ ਵੱਡਾ ਐਲਾਨ। ਫਰਾਰ ਹੋਏ ਟੋਲ ਪਲਾਜ਼ਾ ਦੇ ਸਾਰੇ ਹੀ ਕਰਮਚਾਰੀ। ਕਿ ਟੋਲ ਪਲਾਜ਼ਾ ਵਾਲਾ ਇੱਥੇ ਕੋਈ ਵੀ ਨਹੀਂ ਬੈਠਾ, ਸਾਰੇ ਟੋਲ ਪਲਾਜ਼ਾ ਵਾਲੇ ਇੱਥੋਂ ਛੱਡ ਕੇ ਲੰਘ ਚੁੱਕੇ ਨੇ। ਅੱਧੀ ਰਾਤ ਨੂੰ ਟੋਲ ਪਲਾਜ਼ਾ ਤੇ ਹੋਇਆ ਭਾਰੀ ਹੰਗਾਮਾ। ਬਾਜੀ ਕੀ ਗੱਲਬਾਤ ਹੋਈ ਹੈ? ਬਾਜੀ ਪੱਗ ਨੂੰ ਹੱਥ ਬਾਜੀ ਕੀ ਗੱਲਬਾਤ ਹੋਈ ਹੈ? ਸਮੈਕ ਪੀਤੀ ਹੋਈ ਹੈ, ਪੱਗ ਨੂੰ ਹੱਥ ਪਾਇਆ, ਗੰਦੀਆਂ ਗਾਲਾਂ ਕੱਢੀਆਂ ਨੇ। ਰਣਦੀਪ ਨਾ ਮੇਰਾ ਕਹਿੰਦਾ ਮੈਂ ਬਾਜੀ ਤੁਸੀਂ ਕਢਵਾਏ ਮੁੰਸ਼ੀ ਲੱਗੇ ਹੋ। ਹਾਂਜੀ ਮੈਂ ਕਿਹਾ ਤੂੰ ਕਿਹਾ ਮੈਂ ਮੁੰਸ਼ੀ ਹਾਂ, ਤੁਸੀਂ ਕਢਵਾਏ ਮੁੰਸ਼ੀ ਹੋ? ਨਹੀਂ ਗੱਲਬਾਤ ਹੋਈ। ਮੇਰਾ ਭਰਾ ਕੜੂਏ ਠਾਣੇ ਚਾਹੁੰਦਾ, ਮੈਨੂੰ ਜਸਟ ਵੀਡੀਓ ਕਾਲ ਕਰ ਰਹੇ ਨੇ। ਭਰਾ ਠਾਣਾ ਨਾ, ਇਹ ਕਿਉਂ ਵਰਤ ਰਿਹਾ? ਮੇਰਾ ਭਰਾ ਮੁੰਸ਼ੀ, ਮੈਂ ਮੁੰਸ਼ੀ ਹਾਂ। ਤਾਂ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ? ਇੱਕ ਡੀਐਨ ਟੈਸਟ ਕਰਵਾਉਣਾ, ਇਹਦਾ ਨਸ਼ਾ ਸਮੈਕ ਪੀਤੀ ਹੋਈ ਹੈ। ਥਾਣੇ ਲੈ ਚਲੋ ਥਾਣੇ। ਬਾਤ ਨਹੀਂ ਹੋਈ ਤਾਂ ਫਿਰ ਲੜਾਈ ਵੀ ਕਿਉਂ ਹੋਈ? ਮੈਂ ਕੈਮਰਾ ਚੱਕ ਰਿਹਾ, ਮੈਂ ਤਾਂ ਉੱਥੇ ਨਾ ਖੜਾ ਸੀ ਬਾਬੇ, ਜਦੋਂ ਡਿਊਟੀ ਅਸੀਂ ਭੱਜ ਕੇ ਆਏ ਜਦੋਂ ਇੱਥੇ ਬਾਬੀ ਜੁੱਠ ਮੁੱਠੀ। ਤੁਹਾਡੇ ਕਿਹਨਾਂ ਨਾਲ ਹੋਈ ਹੈ ਲੜਾਈ? ਕੋਈ ਉੱਪਰੇ ਬੰਦੇ ਹੁਣ ਟੋਲ ਟੈਕਸ ਭੱਜੇ ਕਿਉਂ ਤੁਹਾਡੇ ਬੰਦੇ ਇੱਥੋਂ? ਹਾਂਜੀ ਵੀਰੇ, ਪਤਾ ਨੀ ਵੀਰ ਕਿਉਂ ਭੱਜੇ, ਜੇ ਕੋਈ ਲੜਾਈ ਕੀਤੀ ਹੈ ਤੁਸੀਂ ਤਾਂ ਹੀ ਭੱਜੇ ਹੋ। ਮੈਂ ਤਾਂ ਵੀਰੇ ਖੜਾ ਰਿਹਾ ਤੁਹਾਡੇ, ਮੈਂ ਆਪਣਾ ਜੇ ਮਾਰਿਆ ਹੁੰਦਾ ਕਿਸੇ ਦੇ ਨਾ ਛਡਾਉਂਦਾ ਹੁੰਦਾ ਮੈਂ। ਕਿੱਥੇ ਗਏ ਫਿਰ ਬੰਦੇ? ਕਿੱਥੇ ਗਏ? ਭੱਜ ਗਏ ਸਾਰੇ। ਤੁਸੀਂ ਵੀ ਤਾਂ ਇਹਨਾਂ ਦੇ ਮੁਲਾਜ਼ਮ ਹੋ। ਮੈਂ ਸੱਚਾ ਸੀਗਾ। ਨਹੀਂ ਮੁਲਾਜ਼ਮ ਤੁਸੀਂ ਵੀ, ਤੁਹਾਡੇ ਮੁਲਾਜ਼ਮ ਉੱਥੇ ਟੋਲ ਟੈਕਸ ਛੱਡ ਕੇ ਉਹਨੂੰ ਭੱਜੀ ਬੈਠੇ ਆ, ਉੱਥੇ ਕੋਈ ਵੀ ਨਹੀਂ ਗਾ। ਵੀਰ ਜੀ ਆਪਣੇ ਕੋਈ ਗਲਤੀ ਨਹੀਂ, ਮੇਰੇ ਕੋਈ ਗਲਤੀ ਨਹੀਂ, ਮੇਰੇ ਪਾ ਕਿਉਂ ਪਕਿਆ ਰਹਿੰਦਾ? ਤੂੰ ਕਦੇ ਨਹੀਂ ਭੱਜਿਆ ਫਿਰ? ਪਰ ਮੇਰੀ ਗਲਤੀ ਨਹੀਂ ਸੀ ਮੇਰੀ ਕੋਈ। ਮੈਂ ਅੱਛਾ, ਜਿਹੜੇ ਬੰਦੇ 40 ਭੱਜ ਗਏ ਉਹਨਾਂ ਦੀ ਗਲਤੀ ਦੀ ਉਹ ਭੱਜ ਗਏ, ਤੂੰ ਕੱਲਾ ਬੰਦੀਆ ਦਾ ਬੰਦਾ। ਹੁਣ ਅੰਦਰ ਤੇ ਬਾਹਰ ਨਹੀਂ ਨਿਕਲਦਾ।
ਬੰਦੇ ਬਿਠਾਉਣਾ ਵਿੱਚ ਤੁਸੀਂ ਤਾਂ ਬਿਠਾਓ ਬੰਦੇ ਨੂੰ ਮਾਰੇ ਮੈਂ ਕਿਹਾ ਕਾਰ ਵੀ ਕਰਨੀ ਰਾਤੋਂ ਵੀ ਉਹ ਕਾਰ ਪੈ ਜਾਂਦੀ ਭਾਈ ਇਹਦਾ ਫੇਰ ਮੁਲਾਜ਼ਮ ਨਾਲ ਤੱਕ ਕੋਈ ਤੋਟੇ ਹੁੰਦੇ ਕੌਣ ਹੱਥ ਲਾ ਲੂਗਾ ਇਹਨਾਂ ਨੂੰ ਦੱਸੋ ਮੁਲਾਜ਼ਮ ਹੁੰਦੇ ਕੌਣ ਹੱਥ ਲਾਏਗਾ ਹੁਣ ਤੁਸੀਂ ਕੱਟਣੇ ਭਾਈ ਜੀ ਬੋਲੇ ਸੀਗਾ ਕੋਈ ਐਸ ਪਹਿਲਾਂ ਇਹਨਾਂ ਨੇ ਬਚਾਇਆ ਬੰਦਿਆਂ ਨੇ ਵੀਰੇ ਭਾਈ ਨੇ ਪੁੱਛੋ ਕਿ ਲੋਕਾਂ ਨੇ ਬਚਾਇਆ ਕੋਈ ਮੁਲਾਜ਼ਮ ਨਹੀਂ ਆਇਆ ਵੀਰੇ ਲੋਕਾਂ ਨੇ ਬਚਾਇਆ ਵੀਰੇ ਮੈਂ ਤੁਸੀਂ ਬੰਦੇ ਤਾਂ ਲੈ ਕੇ ਜਾਊਂਗਾ ਇਹਨੂੰ ਵੀ ਗਾਲਾਂ ਕੱਟੀਆਂ ਅੱਗੇ ਜਾਵਾਂਗੇ ਕੋਈ ਨੀ ਮੈਂ ਬਚਾ ਦੇਗਾ ਭਾਈ ਲਾਲ ਉਹਦਾ ਬਿਠਾਓ ਮੈਂ ਉਠਾ ਲਾ ਕੇ ਰੁਪਏ ਬਿਠਾ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਥੇ ਇਹਨਾਂ ਦੀ ਆਪਸ ਵਿੱਚ ਕਿਸੇ ਦਾ ਤੂਤੂ ਮਹਿਮਾ ਹੋਈ ਹੈ ਕਿ ਟੋਲ ਪਲਾਜ਼ਾ ਵਾਲਾ ਇੱਥੇ ਕੋਈ ਵੀ ਨਹੀਂ ਬੈਠਾ, ਸਾਰੇ ਟੋਲ ਪਲਾਜ਼ਾ ਵਾਲੇ ਇੱਥੋਂ ਛੱਡ ਕੇ ਲੰਘ ਚੁੱਕੇ ਨੇ ਅਤੇ ਜਿੰਨੀਆਂ ਵੀ ਗੱਡੀਆਂ ਜਾ ਰਹੀਆਂ ਆ ਬਗੈਰ ਟੋਲ ਤੋਂ ਜਾ ਰਹੀਆਂ ਨੇ। ਇਹ ਭਾਗੋ ਮਾਜਰਾ ਟੋਲ ਪਲਾਜ਼ਾ ਦੀਆਂ ਵੀਡੀਓ ਨੇ, ਤੁਸੀਂ ਦੇਖ ਸਕਦੇ ਹੋ ਇੱਥੋਂ ਦੀਆਂ ਤਸਵੀਰਾਂ। ਆਹ ਦੇਖੋ ਦੂਜੀ ਗੱਡੀ ਗਿਆ, ਬਿਲਕੁਲ ਕੋਈ ਟੋਲ ਦੀ ਕੋਈ ਕੁਛ ਨਹੀਂ, ਕੋਈ ਬੰਦਾ ਨਹੀਂ ਬੈਠਾ ਉੱਥੇ। ਤਸਵੀਰਾਂ ਤੁਸੀਂ ਦੇਖ ਲਓ, ਸਾਰੇ ਟੋਲ ਪਲਾਜ਼ਾ ਵਾਲੇ ਇੱਥੇ ਦੇ ਮੁਲਾਜ਼ਮ ਇੱਥੋਂ ਨੂੰ ਛੱਡ ਕੇ ਭੱਜ ਚੁੱਕੇ ਨੇ। ਕੀ ਗੱਲਬਾਤ ਹੋਈ ਹੈ ਜੀ? ਮੇਰਾ ਭਤੀਜਾ ਮੁਲਾਜ਼ਮ ਸੀ ਇੱਥੇ, ਹਾਂਜੀ ਪੀਆਈਡੀ ਚ ਗਏ ਸੀ ਉਹ, ਤੇ ਉਹ ਆ ਰਹੇ ਸੀ ਡਿਊਟੀ ਤੇ ਚੰਡੀਗੜ੍ਹ ਤੋਂ ਇੱਧਰ ਆ ਰਹੇ ਸੀ, ਤੇ ਇਹਨਾਂ ਨੇ ਉਹਨੇ ਕਾਰਡ ਵੀ ਦਿਖਾਇਆ ਵੀ ਮੈਂ ਮੁਲਾਜ਼ਮ ਹਾਂ। ਹਾਂਜੀ ਇਹਨਾਂ ਨੇ ਘੱਟੋ ਘੱਟ 40 ਬੰਦੇ ਸਾਡੇ ਕੋਲ ਵੀਡੀਓ ਬਣਾਇਆ ਉਹਨਾਂ ਲਵਲੀ, 40 ਬੰਦੇ ਨਿਕਲ ਕੇ ਪਾਨੇ ਕੋਈ ਰਾਣਾ ਨਾਲ ਕੁੱਟ ਕੁੱਟ ਕੇ ਬੁਰੇ ਹਾਲ ਕੀਤੇ। ਉਸ ਤੋਂ ਬਾਅਦ ਆ ਸਰਦਾਰ ਆਏ ਜਥੇਦਾਰ ਜੀ, ਇਹਨਾਂ ਨੇ ਜਦੋਂ ਲਕਾਰਾਂ ਮਾਰਿਆ ਉਦੋਂ ਭੱਜੇ, ਫਿਰ ਪੁਲਿਸ ਆਈ ਇੱਥੇ ਸਾਡਾ ਕਟੂਗੜ ਇੱਥੇ ਪਬਲਿਕ ਪਤਾ ਨਹੀਂ 300-400 ਬੰਦਾ ਇਕੱਠਾ ਹੋ ਗਿਆ ਸੀ ਭਾਜੀ, ਇਹਨਾਂ ਨੇ ਕੁੱਟ ਕੁੱਟ ਕੇ ਸਾਡੇ ਮੁੰਡੇ ਦਾ ਹਾਲ ਹੋ ਗਿਆ, ਸਿਵਲ ਹਸਪੀਟਲ ਦੇ ਦਾਖਲੇ ਉਹਦੀ ਪੱਖਰੀਆਂ ਪਤਾ ਨਹੀਂ ਕਰੈਕ ਹੋ ਗਿਆ ਕੁਛ, ਉਹਦੀ ਆਵਾਜ਼ ਨਹੀਂ ਨਿਕਲੀ। ਕੀ ਗੱਲਬਾਤ ਹੋਈ ਹੈ ਕਿ ਜਿਹੜੇ ਜ਼ਿਆਦਾ ਤੋਂ ਉੱਤੋਂ ਮਹਿਮਾ ਹੋ ਚੁੱਕੀ ਹੈ ਇਹਨਾਂ ਨਾਲ? ਕੁਛ ਨਹੀਂ ਗੱਲ, ਬਸ ਦੇਖ ਲਓ ਤੁਹਾਡੇ ਕੋਲ ਵੀਡੀਓ, ਗੱਡੀ ਤੋਂ ਬਾਹਰ ਹੀ ਨਿਕਲ ਰਿਹਾ ਨਾ ਕੁੱਟਤਾ, ਕੋਈ ਗੱਲ ਨਹੀਂ ਹੋਈ ਉਹਦੇ ਨਾਲ, ਜਾਂ ਤਾਂ ਹੁੰਦਾ ਉਹਨੇ ਕਾਰ ਜਦੋਂ ਕਹਿ ਰਿਹਾ ਮੁਲਾਜ਼ਮ ਹੈ, ਮੁਲਾਜ਼ਮ ਲੰਘਣ ਦਾ ਹੱਕਦਾਰ ਹੈਗਾ ਕਿ ਨਹੀਂ ਭਾਜੀ? ਨਹੀਂ ਕੋਈ ਟੋਲ ਨੂੰ ਲੈ ਕੇ ਹੋਈ ਹੈ ਜਾਂ ਕਿਸੇ ਹੋਰ ਨੂੰ? ਭਾਜੀ ਸਾਨੂੰ ਨਹੀਂ ਪਤਾ, ਅਸੀਂ ਤਾਂ ਆਇਆ ਤੇ ਉਹਨੂੰ ਕੁੱਟ ਪੈਣਾ, ਟੋਲ ਤੇ ਡਿਊਟੀ ਤੇ ਜਾ ਰਿਹਾ, ਟੋਲ ਤੋਂ ਕਰਕੇ ਹੋਈ ਹੋਣੀ, ਉਹ ਲੰਘ ਰਿਹਾ ਹੋਣਾ, ਇਹਨਾਂ ਲੰਘਣ ਨਹੀਂ ਦਿੱਤਾ। ਤਾਂ ਇਹ ਕੋਈ ਕੀ ਮਤਲਬ ਕੀ ਬੋਲੇਗੀ ਅੱਗੋਂ? ਹੈ ਲਵਲੀ ਭਾਈ ਤੁਹਾਨੂੰ ਵੀਡੀਓ ਦਿਖਾਉਂਦੇ ਆ। ਬੁੱਢਾ ਦਲ ਵਾਲਿਓ, ਤਰਨਾ ਦਲ ਵਾਲਿਓ, ਦਮਦਮੀ ਟਕਸਾਲ, ਨਿਰਮਲੇ ਪੰਥ ਮਹਾਰਾਜ, ਸਾਧੂ ਜਨੋ, ਆ ਮੈਂ ਗਾਲਾਂ ਕੱਢਦਾ ਸੀ ਵੀਡੀਓ ਦੇ ਵਿੱਚ ਟੋਲ ਟੈਕਸ ਦੇ ਉੱਤੇ, ਖਰ ਰੋਡ, ਬਾਬਾ ਤੇ ਰਾਜਾ ਰਾਜ ਸਿੰਘ, ਉਹ ਸੁਹਾਣੇ ਵਾਲਿਓ, ਉਹ ਫੌਜੋ ਬੁੱਢੇ ਦਲ ਦੀ, ਆ ਕੇ ਇੱਕ ਵਾਰ ਸੁਣ ਲਾ ਗਾਲ, ਮੈਂ ਬਾਤੀ ਜਿੰਨੀ ਮੈਂ ਪਾਉਣੀ ਸੀਗੀ, ਮੈਂ ਇੱਕੜੀ ਹੋਰ ਕੱਢੂੰਗਾ ਜੇ ਇਹ ਲੁੱਟ ਖਸੁੱਟ ਬੰਦ ਨਾ ਹੋਈ। ਮੁੰਡਿਆਂ ਪੰਜਾਬੀਆਂ ਨੂੰ ਫੜ ਫੜ ਕੇ ਕੁੱਟ ਰਹੇ ਨੇ ਭਈਏ, ਜਿਹੜੇ ਬਿਹਾਰ ਦੇ ਨੇ, ਯੂਪੀ ਦੇ ਨੇ, ਆ ਲਾਏ ਹੋਏ ਨੇ ਘੋੜੂ ਨੇ ਘੋੜੂ, ਇਹਨਾਂ ਨੇ ਕੁੱਟਿਆ ਮੁੰਡਾ ਕੋਈ ਇੱਥੇ, ਉਹ ਭਾਈ ਬਚਾ ਕੇ ਅੱਜ ਥਾਣੇ ਦੇ ਵਿੱਚ, ਥਾਣੇ ਦੇ ਵਿੱਚ ਭਾਈ ਉਹ ਮੁੰਡੇ ਦੇ ਪਾਨੇ ਮਾਰੇ ਨੇ, ਮੁੰਡਾ 20 ਲੈਂਚ ਦੇ ਵਿੱਚ ਮੋਹਾਲੀ ਤੋਂ ਉਤਰਿਆ, ਤਾਂ ਉਹ ਸਿੰਘ ਨੂੰ ਸਾਨੂੰ ਕਹੀ ਗਿਆ ਵੀ ਸਾਨੂੰ ਇੱਥੋਂ ਕੋਈ ਚੀਜ਼ ਤੇ ਚੜਾ ਦੇ, ਕਹਿੰਦਾ ਜੀ ਚੜਾ ਦਿੰਦੇ ਆ। ਉਹ ਟੋਲ ਟੈਕਸ ਤੋਂ ਪਿਛਲੇ ਪਾਸੇ ਮੈਂ ਗੇਟ ਤੇ ਖੜਾ ਹੀ ਰੌਲਾ ਸੁਣ ਰਿਹਾ ਸੀਗਾ, ਇਧਰਲੇ ਪਾਸੇ ਇੱਕ ਮੁੰਡੇ ਨੂੰ ਚੱਕਿਆ ਹੋਇਆ ਸੀ, ਇਹਨਾਂ ਨੇ ਸਾਰੇ ਜਾਣੇ ਨੇ ਉਹਦੇ ਕੁੱਟਣ ਲੱਗੇ ਹੋਏ ਸੀ, ਕਿਹਨਾਂ ਨੂੰ, ਕਿਹਨਾਂ ਲਈ
ਬਾਰਡਰਾਂ ਦੇ ਉੱਤੇ ਮੁੰਡੇ ਬੈਠੇ ਨੇ ਜ਼ਮੀਨਾਂ ਨੇ ਵਿਕ ਰਹੀਆਂ ਨੇ ਰੋਡ ਟੈਕਸ ਕਾਹਦੇ ਦੇ ਰਹੇ ਜਿਤਨੇ ਗੱਡੀ ਆਉਂਦੀ ਆ ਉਦਾਂ ਹੀ ਟੋਲ ਟੈਕਸ ਦਾ ਰੋਡ ਟੈਕਸ ਘੱਟ ਹੁੰਦਾ ਕਾਹਦਾ ਰੋਡ ਟੈਕਸ ਕੋਈ ਰੋਡ ਟੈਕਸ ਨਹੀਂ ਹੈਗਾ ਇਹ ਮੁੰਡਿਆਂ ਦੀ ਥੋੜੀ ਲੁੱਟ ਹੋ ਰਹੀ ਹੈ ਇਹ ਮੁੰਡਿਆਂ ਦੀ ਥੋੜੀ ਲੁੱਟ ਹੋ ਰਹੀ ਹੈ ਤੇ ਉਹ ਮੁਲਾਜ਼ਮ ਨਾਲ ਤੁਸੀਂ ਦੇਖਿਆ ਲੇਕਿਨ ਉਹ ਮੁਲਾਜ਼ਮ ਨੂੰ ਉਸ ਤੋਂ ਬਾਅਦ ਕਿੱਥੇ ਲੈ ਕੇ ਗਏ ਉਹ
ਪਬਲਿਕ ਨੇ ਕਿਸੇ ਨੂੰ ਡਿਟੇਨ ਕੀਤਾ ਲੈਣਾ, ਪੁਲਿਸ ਕੋਈ ਲੈ ਕੇ ਗਈ ਬੰਦਾ ਮੁਲਾਜ਼ਮ? ਜੇ ਬਾਬਾ ਜੀ ਨਾ ਆਉਂਦੇ ਪਬਲਿਕ ਦਾ ਤਾਂ ਨਾ ਜੀ ਕਿਸੇ ਦਾ ਜਿਗਰਾ ਹੀ ਨੀ ਬਣਿਆ ਹੈਗਾ, ਕਿਉਂ ਉਹ ਤਾਂ ਖਾਲੀ ਹੁੰਦੇ ਆ, ਠੀਕ ਹੈ, ਛਡਾਉਣ ਦਾ ਜਿਗਰਾ ਨੀ ਬਣਿਆ, 40 ਬੰਦੇ ਦੀ ਵੀਡੀਓ ਬਣਾਈ ਹੋਈ ਹੈ ਵੀਡੀਓ। ਜੇ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਥੇ ਇਹਨਾਂ ਦੀ ਆਪਸ ਵਿੱਚ ਕਿਸੇ ਦਾ ਤੂਤੂ ਮਹਿਮਾ ਹੋਈ ਹੈ ਕਿ ਟੋਲ ਪਲਾਜ਼ਾ ਵਾਲਾ ਇੱਥੇ ਕੋਈ ਵੀ ਨਹੀਂ ਬੈਠਾ, ਸਾਰੇ ਟੋਲ ਪਲਾਜ਼ਾ ਵਾਲੇ ਇੱਥੋਂ ਛੱਡ ਕੇ ਲੰਘ ਚੁੱਕੇ ਨੇ, ਅਤੇ ਜਿੰਨੀਆਂ ਵੀ ਗੱਡੀਆਂ ਜਾ ਰਹੀਆਂ ਆ ਬਗੈਰ ਟੋਲ ਤੋਂ ਜਾ ਰਹੀਆਂ ਨੇ। ਇਹ ਭਾਗੋ ਮਾਜਰਾ ਟੋਲ ਪਲਾਜ਼ਾ ਦੀਆਂ ਵੀਡੀਓ ਨੇ, ਤੁਸੀਂ ਦੇਖ ਸਕਦੇ ਹੋ ਇੱਥੋਂ ਦੀਆਂ ਤਸਵੀਰਾਂ। ਆਹ ਦੇਖੋ ਦੂਜੀ ਗੱਡੀ ਗਿਆ, ਬਿਲਕੁਲ ਕੋਈ ਟੋਲ ਦੀ ਕੋਈ ਕੁਛ ਨਹੀਂ, ਕੋਈ ਬੰਦਾ ਨਹੀਂ ਬੈਠਾ ਉੱਥੇ, ਤਸਵੀਰਾਂ ਤੁਸੀਂ ਦੇਖ ਲਓ। ਲਓ ਸਾਰੇ ਟੋਲ ਪਲਾਜ਼ਾ ਵਾਲੇ ਇੱਥੋਂ ਦੇ ਮੁਲਾਜ਼ਮ ਇੱਥੋਂ ਨੂੰ ਛੱਡ ਕੇ ਭੱਜ ਚੁੱਕੇ ਨੇ।